ਸੰਗਰੂਰ ਚ ਸਕੂਲ ਵੈਨ ਦੀ ਘਟਨਾ ਤੋਂ ਬਾਅਦ ਕੋਈ ਵੀ ਸਬਕ ਲੈਣ ਨੂੰ ਤਿਆਰ ਨਹੀਂ। ਨਾ ਤਾਂ ਮਾਪੇ ਗੰਭੀਰ ਨੇ ਤੇ ਨਾ ਹੀ ਸਕੂਲ ਪ੍ਰਸ਼ਾਸਨ। ਸਭ ਕੁਝ ਉਵੇਂ ਜਿਵੇਂ ਚੱਲ ਰਿਹਾ। ਛੋਟੇ ਹਾਥੀ ਚ ਬੱਚੇ ਸਵਾਰ ਨੇ ਤੇ ਪ੍ਰਸ਼ਾਸਨ ਬੇਖਬਰ ਹੈ। ਇਹਨਾਂ ਵਾਹਨਾਂ ਵਾਲਿਆਂ ਨੂੰ ਵੀ ਕਿਸੇ ਦਾ ਕੋਈ ਡਰ ਭੈ ਨਹੀਂ, ਨਾ ਕਾਨੂੰਨ ਦਾ ਡਰ ਅਤੇ ਨਾ ਸਰਕਾਰ ਦੇ ਹੁਕਮਾਂ ਦੀ ਪਰਵਾਹ। ਇੱਥੋਂ ਤੱਕ ਕਿ ਸਕੂਲ ਪ੍ਰਸ਼ਾਸਨ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਨਜ਼ਰ ਆ ਰਿਹਾ। ਸ੍ਰੀ ਮੁਕਤਸਰ ਸਾਹਿਬ ਦੇ ਦੋ ਸਰਕਾਰੀ ਸਕੂਲਾਂ 'ਚ ਵਜ਼ੀਫੇ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਪੇਪਰ ਸੀ, ਜਿਨ੍ਹਾਂ ਨੂੰ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ 'ਚ ਛੋਟੇ ਹਾਥੀ 'ਚ ਲੱਦ ਕੇ ਪਹੁੰਚਾਇਆ ਜਾ ਰਿਹਾ। ਜਸਪ੍ਰੀਤ ਕੌਰ, ਕਿਹੜੇ ਸਕੂਲ 'ਚ ਪੜ੍ਹਦੇ ਹੋ? ਸਰਕਾਰੀ ਮਿਡਲ ਸਕੂਲ 'ਚ। ਕਿਹੜੀ ਕਲਾਸ ਦੇ ਵਿਦਿਆਰਥੀ ਹੋ? 8ਵੀਂ। ਬੇਟੇ ਮੁਕਤਸਰ ਕਿਉਂ ਆਏ ਹੋ ਅੱਜ? ਅਸੀਂ ਪੇਪਰ ਦੇਣ ਆਏ ਸੀ। ਕਾਹਦਾ ਪੇਪਰ ਸੀ? PST ਦਾ। ਤੇ ਬੇਟੇ ਕੌਣ ਲੈ ਕੇ ਆਇਆ ਤੁਹਾਨੂੰ ਇੱਥੇ? ਸਾਨੂੰ ਵੀਰਾ ਲੈ ਕੇ ਆਇਆ। ਕਿ ਕੌਣ ਲੈ ਕੇ ਆਇਆ? ਆਟੋ ਕਿਹਨੇ ਕਰਾ ਕੇ ਦਿੱਤਾ ਤੁਹਾਨੂੰ? ਸਾਡੇ ਸਰਾਂ ਨੇ ਕਿਹਾ ਸੀ ਵੀ ਆਟੋ ਕਰਵਾ ਲਿਓ, ਅਸੀਂ ਉੱਥੇ ਆ ਜਾਵਾਂਗੇ। ਕਾਹਦੇ 'ਚ ਬੈਠ ਕੇ ਆਏ ਹੋ ਤੁਸੀਂ ਪੇਪਰ ਦੇਣ? ਅਸੀਂ ਟੈਂਪੂ 'ਚ। ਮੈਂ ਜਸਿਆਣੇ ਸਕੂਲ ਵਿੱਚ ਪੜ੍ਹ ਸਰਕਾਰੀ ਮਿਡਲ ਸਕੂਲ ਵਿੱਚ ਪੜ੍ਹਦੀ ਹਾਂ। ਮੇਰਾ ਨਾਮ ਅਰਸ਼ਦੀਪ ਕੌਰ ਹੈ। ਬੇਟੇ ਅੱਜ ਇੱਥੇ ਮੁਕਤਸਰ ਕਿਵੇਂ ਆਏ ਸੀ? ਅਸੀਂ ਪੇਪਰ ਦੇਣ ਆਏ ਸੀ PTS ਦਾ। ਕਾਹਦਾ ਪੇਪਰ ਸੀ ਬੇਟੇ? PST ਦਾ। ਕਾਹਦੇ ਤੇ ਆਏ ਹੋ ਬੇਟੇ? ਆਹਦੇ ਤੇ। ਹਾਂਜੀ, ਆਟੋ 'ਚ। ਉਧਰ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ 'ਚ ਤੜਕਸਾਰ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਪੁਲਿਸ ਨੇ ਮਿਲ ਕੇ ਗੱਡੀਆਂ ਤੇ ਡਰਾਈਵਰਾਂ ਦੇ ਕਾਗਜ਼ਾਤ ਚੈੱਕ ਕੀਤੇ, ਪਰ ਹੈਰਾਨਗੀ ਦੀ ਗੱਲ ਕਿ ਇੱਥੇ ਵੀ ਪ੍ਰਸ਼ਾਸਨ ਦਾ ਕੋਈ ਡਰ ਨਹੀਂ। ਸੜਕਾਂ ਤੇ ਸ਼ਰੇਆਮ ਸਕੂਲਾਂ ਦੀਆਂ ਗੱਡੀਆਂ ਕਾਨੂੰਨ ਨੂੰ ਟਿੱਚਰ ਕਰ ਰਹੀਆਂ ਨੇ। ਡਰਾਈਵਰਾਂ ਦੇ ਕੋਲ ਗੱਡੀਆਂ ਦੇ ਕਾਗਜ਼ ਤੱਕ ਨਹੀਂ। ਗੱਲ ਇਹ ਜੀ, ਪੇਪਰ ਨਹੀਂ ਸੀ ਕੋਲ। ਪੇਪਰ ਐਤਵਾਰ ਦੀ ਛੁੱਟੀ ਹੁੰਦੀ ਹੈ, ਸਕੂਲ ਜਮ੍ਹਾਂ ਕਰਾ ਲੈਂਦੇ ਨੇ ਜੀ, ਅਤੇ ਹੁਣ ਜਾ ਕੇ ਲੈਣੇ ਹਨ ਜੀ। ਚੱਕਣੇ ਹਨ ਸਰ ਜੀ, ਮਤਲਬ ਅਸੀਂ ਸਿੱਧੇ ਆ ਗਏ। ਵਰਦੀ ਪਾਈ ਹੈ ਜੀ, ਇਹ ਵਰਦੀ ਹੈ ਸਕੂਲ ਦੀ ਜੀ, ਇਹ ਵਰਦੀ ਹੈ ਸਕੂਲ ਦੀ। ਜਸਵਿੰਦਰ ਸਿੰਘ ਜੀ, ਕਾਗਜ਼ ਕੋਲ ਹੀ ਨੇ ਜੀ, ਸਕੂਲ ਵਾਲਿਆਂ ਕੋਲ ਨੇ। ਕੋਲੀ ਨੇ ਗੱਡੀ ਜੀ ਹੁਣ ਮੈਂ ਦੇਖ ਲੈਂਦੇ ਦੇਖ ਲੈਣਾ। ਹੈ ਜੀ, ਗੱਡੀ ਕਿੰਨੀ ਪੁਰਾਣੀ, ਕਿਹੜਾ ਮਾਡਲ ਹੈ? ਮਾਡਲ ਤਾਂ ਦੇਖ ਨਹੀਂ ਪਏਗਾ ਜੀ, ਇਹ ਤਾਂ ਡਰਾਈਵਰ ਆ। ਲਾਇਸੈਂਸ ਹੈਗਾ ਜੀ, ਹੈਵੀ ਲਾਇਸੈਂਸ ਹੈ ਮੇਰੇ ਕੋਲ, ਕੈਬ ਲਾਇਸੈਂਸ ਹੈ। ਮਾਲਕ ਤੁਸੀਂ ਹੋ? ਮਾਲਕ ਤਾਂ ਉਹ ਨਹੀਂ, ਇੱਥੇ ਡਰਾਈਵਰ ਹਾਂ ਜੀ। ਕਿਹੜੇ ਸਕੂਲ ਦੀ ਗੱਡੀ ਆ ਇਹਦੇ ਕਾਗਜ਼? ਕਾਗਜ਼ ਉੱਥੇ ਹੋਣੀ ਹੈ ਆਪਣਾ, ਆਪਣੇ ਕੋਲ ਲਾਇਸੈਂਸ ਅਗਲਾ। ਨਹੀਂ ਨਹੀਂ, ਕੀ ਗੱਲ, ਤੁਸੀਂ ਡਰਾਈਵਰ ਹੋ? ਹਾਂ ਜੀ। ਨਹੀਂ, ਕਾਗਜ਼ ਕਾਗਜ਼ ਸਕੂਲ 'ਚ ਹੋਣੇ ਜੀ। ਰੋਡ 'ਤੇ ਗੱਡੀ ਅਤੇ ਕਾਗਜ਼ ਸਕੂਲ 'ਚ? ਹੁਣ ਦੇਖੋ ਤੁਹਾਡੇ ਸਾਹਮਣੇ ਆਈ, ਜੋ ਮਿਲਿਆ ਸਾਨੂੰ ਤਾਂ ਉਹੀ ਦੱਸ ਸਕਦੇ ਆਪਾਂ ਤਾਂ। ਇਸ ਬਾਰੇ SDM ਨੇ ਮੌਕੇ 'ਤੇ ਚਲਾਨ ਕੱਟੇ ਅਤੇ ਕਈ ਗੱਡੀਆਂ ਨੂੰ ਜ਼ਬਤ ਕੀਤਾ। ਨਾਲ ਦੀ ਨਾਲ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ। ਅੱਜ ਅਸੀਂ ਟੋਟਲ 10 ਚਲਾਨ ਕੀਤੇ ਨੇ ਜੀ, ਅਤੇ 2 ਗੱਡੀਆਂ ਨੇ ਜੋ ਅਸੀਂ ਬਾਊਂਡ ਕੀਤੀਆਂ ਨੇ, ਉਹਨਾਂ ਦੇ ਵਿੱਚ ਸੀਰੀਅਸ ਕਮੀਆਂ ਸੀਗੀਆਂ ਉਹਨਾਂ ਗੱਡੀਆਂ ਦੇ ਵਿੱਚ, ਅਤੇ ਉਹਨਾਂ ਨੂੰ ਅਸੀਂ ਰੋਡ ਦੇ ਉੱਤੇ ਚੱਲਣ ਯੋਗ ਨਹੀਂ ਪਾਇਆ ਅਤੇ ਉਹਨਾਂ ਨੂੰ ਥਾਣੇ ਦੇ ਵਿੱਚ ਖੜਾ ਕਰਾਤਾ ਜੀ। ਦੇਖੋ, ਮੁਹਿੰਮ ਤਾਂ ਲਗਾਤਾਰ ਜਾਰੀ ਰਹੇਗੀ ਜੀ, ਬਟ ਮੈਂ ਤੁਹਾਡੇ ਮਾਧਿਅਮ ਰਾਹੀਂ ਸਿਰਫ ਇਹੀ ਬੇਨਤੀ ਸਕੂਲਾਂ ਨੂੰ ਵੀ ਕਰਨਾ ਚਾਹੂੰਗਾ, ਮੈਨੇਜਮੈਂਟ ਨੂੰ ਅਤੇ ਈਵਨ ਪੇਰੈਂਟਸ ਨੂੰ ਵੀ, ਕਿ ਅਵੇਅਰ ਹੋ। ਪ੍ਰਸ਼ਾਸਨ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਿਹਾ, ਅੱਗੇ ਵੀ ਕਰਦਾ ਰਹੂਗਾ, ਪਹਿਲਾਂ ਵੀ ਕਰ ਰਿਹਾ, ਬਟ ਸਕੂਲ ਮੈਨੇਜਮੈਂਟ ਦੇ ਐਫਰਟਸ ਬਿਨਾਂ ਅਤੇ ਪੇਰੈਂਟਸ ਦੇ ਸਹਿਯੋਗ ਬਿਨਾਂ ਇਹ ਮੁਹਿੰਮ ਹੈ ਜਿਹੜੀ ਉਹ ਪੂਰਨ ਤਰ੍ਹਾਂ ਨਾਲ ਸਕਸੈਸਫੁਲ ਸ਼ਾਇਦ ਨਹੀਂ ਹੋ ਪਾਊਗੀ। ਤਾਂ ਮੇਰੀ ਰਿਕੁਐਸਟ ਹੈ ਉਹਨਾਂ ਨੂੰ ਕਿ ਜੀ, ਅਸੀਂ ਤਾਂ ਸਾਡਾ ਪਰਪਸ ਹੈ ਕਿ ਬੱਚੇ ਸੇਫ ਰਹਿਣ, ਦੈਟ ਇਜ਼ ਆਰ ਪ੍ਰਾਇਓਰਿਟੀ, ਅਤੇ ਜੇਕਰ ਪੇਰੈਂਟਸ ਅਤੇ ਸਕੂਲ ਮੈਨੇਜਮੈਂਟ ਸਾਡੇ ਨਾਲ ਕੋਆਪਰੇਟ ਕਰਨਗੇ ਤਾਂ ਇਸ ਮੁਹਿੰਮ ਲਾਜ਼ਮੀ ਤੌਰ 'ਤੇ ਕਾਮਯਾਬ ਹੋਊਗੀ ਜੀ। ਹੁਣ ਸਵਾਲ ਕੈਪਟਨ ਸਰਕਾਰ 'ਤੇ ਕਿ ਹੁਕਮਾਂ ਦੀਆਂ ਧੱਜੀਆਂ ਉੱਡ ਰਹੀਆਂ ਨੇ, ਪ੍ਰਾਈਵੇਟ ਸਕੂਲਾਂ ਦੇ ਨਾਲ ਸਰਕਾਰੀ ਸਕੂਲ ਵੀ ਲਾਪਰਵਾਹੀ ਦੀਆਂ ਹੱਦਾਂ ਪਾਰ ਕਰ ਰਹੇ ਨੇ। ਨਕੇਲ ਕਿਉਂ ਨਹੀਂ ਕੱਸੀ ਜਾਂਦੀ? ਕਿਉਂ ਬੱਚਿਆਂ ਦੀ ਜਾਨ ਦਾ ਸੌਦਾ ਕੀਤਾ ਜਾ ਰਿਹਾ ਹੈ? ਲੌਂਗੋਵਾਲ ਵਰਗਾ ਹਾਦਸਾ ਫੇਰ ਨਾ ਵਾਪਰੇ, ਇਸ ਲਈ ਸਿਰਫ ਹੁਣ ਹੀ ਨਹੀਂ ਬਲਕਿ ਅੱਗੇ ਲਈ ਵੀ ਪੱਕੇ ਨਿਯਮ ਜਾਰੀ ਕਰਕੇ ਸਖਤੀ ਨਾਲ ਸਕੂਲਾਂ ਤੋਂ ਲਾਗੂ ਕਰਵਾਏ ਜਾਣ, ਤਾਂ ਜੋ ਫੇਰ ਕਿਸੇ ਘਰ ਦਾ ਚਿਰਾਗ ਨਾ ਬੁਝੇ, ਨਾ ਹੀ ਮਾਪੇ ਆਪਣੇ ਬੱਚਿਆਂ ਲਈ ਤਾਹਾ ਮਾਰਨ। ਉਮੀਦ ਹੈ ਕਿ ਸਰਕਾਰ ਇਸ ਵੱਲ ਗੌਰ ਕਰੇਗੀ। ਫਰਜ਼ ਮਾਪਿਆਂ ਦਾ ਵੀ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਦੇ ਨਾਲ ਵਰਤਮਾਨ ਦੀ ਵੀ ਚਿੰਤਾ ਕਰਨ ਅਤੇ ਅਜਿਹੇ ਸਕੂਲ ਪ੍ਰਬੰਧਕਾਂ ਬਾਰੇ ਖੁੱਲ੍ਹ ਕੇ ਬੋਲਣ। ਸ੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਟੁੱਡੀ, ਸਮਾਣਾ ਤੋਂ ਪੁਰਸ਼ੋਤਮ ਕੌਸ਼ਿਕ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।